ਅਸੀਂ ਤਾਂ ਪਿੰਡ ਤੋਂ ਚਿਰਾਗ ਸ਼ਾਹ ਵਾਸ ਨੂੰ ਜਾਂਦਾ ਪਿਆ ਸਾਹਮਣੇ ਪਿੰਡ ਚਿਰਾਗ ਸ਼ਾਹ ਵਾਲਾ ਮੈਂ ਮਸੀਤਾਂ ਪਿੰਡ ਵਾਲੀ ਸੜਕ ਛੱਡ ਕੇ ਬ੍ਰਾਹਮਕੀ ਤੋਂ ਆਇਆ ਸੀਗਾ ਮਸੀਤਾਂ ਰੋਡ ਨਾਲ ਮਿਲ ਜਾਂਦੀ ਹੈ ਇਹ ਹੁਣ ਮਸੀਤਾਂ ਅਤੇ ਬ੍ਰਾਹਮਕੀ ਵੱਲੋਂ ਜਿਹੜਾ ਰਸਤਾ ਆਉਂਦਾ ਉਸ ਰਸਤੇ 'ਤੇ ਮੈਂ ਆ ਗਿਆ ਪਿੰਡ ਚਿਰਾਗ ਸ਼ਾਹ ਚਿਰਾਗ ਸ਼ਾਹ ਪਿੰਡ ਬਹੁਤ ਵਧੀਆ ਪਿੰਡ ਹੈ ਇੱਥੋਂ ਦੇ ਖੇਤ ਵੇਖ ਲਓ ਘਰ ਕੋਠੀਆਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇਖੋ ਇਹ ਸਕੂਲ ਹੈ ਆਹ ਜਿਹੜੀ ਸੜਕ ਜਾਂਦੀ ਹੈ ਇਹ ਧਰਮ ਸਿੰਘ ਵਾਲਿਆਂ ਨੂੰ ਜਾਂਦੀ ਹੈ ਰਾਮਗੜ੍ਹ ਨੂੰ ਜਾਂਦੀ ਹੈ ਇਹ ਪਿੰਡ ਦੁਆਲੇ ਬਸ ਛੋਟਾ ਜਿਹਾ ਪਿੰਡ ਆ ਇਹ ਜਗਰਾਜ ਸਿੰਘ ਮੇਰੇ ਦੋਸਤ ਆ ਉਹਨਾਂ ਦਾ ਘਰ ਆ ਜੋ ਸਬਜ਼ੀ ਸੁਬਜ਼ੀ ਦਾ ਕੰਮ ਕਰਦੇ ਆ ਬਹੁਤ ਵਧੀਆ ਇਹ ਸੜਕ ਸਿੱਧੀ ਜਾਊਗੀ ਕਾਦਰ ਵਾਲੇ ਨੂੰ ਅਤੇ ਖੱਬੇ ਬੰਨੇ ਜਾਊਗੀ ਹੋਰ ਹਿੱਸੇ ਖਾਨ ਉਸ ਤੋਂ ਪਹਿਲਾਂ ਪਿੰਡ ਆਉਂਦਾ ਹੈ ਮਸਤੇ ਵਾਲਾ ਸੱਜੇ ਬੰਨੇ ਇਹ ਝੁੱਗੀਆਂ ਪਿੰਡ ਆਉਂਦਾ ਝੁੱਗੀਆਂ ਦੇ ਨਾਲ ਹੀ ਧਰਮ ਸਿੰਘ ਵਾਲਾ ਪਿੰਡ ਆਉਂਦਾ ਗਾਂ ਫਤਿਹਗੜ੍ਹ ਪਸਤੂਰ ਨੂੰ ਚਲੇ ਜਾਂਦੀ ਇਹ ਟੈਂਕੀ ਆ ਦੋ ਤਿੰਨ ਪਿੰਡਾਂ ਦੀ ਸਾਂਝੀ ਟੈਂਕੀ ਅੱਗੇ ਚਰਸਤਾ ਆ ਗਿਆ ਸਾਹਮਣੇ ਪਿੰਡ ਕਾਦਰ ਵਾਲਾ ਅਤੇ ਖੱਬੇ ਬੰਨੇ ਮਸਤੇ ਵਾਲਾ ਅਤੇ ਸੱਜੇ ਬੰਨੇ ਝੁੱਗੀਆਂ ਪਿੰਡ ਝੁੱਗੀਆਂ ਤੋਂ ਅੱਗੇ ਧਰਮ ਸਿੰਘ ਵਾਲਾ ਫਿਰ ਇੱਕ ਰਸਤਾ ਖੰਭਿਆਂ ਨੂੰ ਚਲੇ ਜਾਂਦਾ ਫਿਰ ਇੱਕ ਖੰਭੇ ਫਤਿਹਗੜ੍ਹ ਪਸਤੂਰ ਨੂੰ ਵੀ ਚਲੇ ਜਾਂਦਾ ਇਹ ਆ ਚੁਰਸਤਾ ਮਸਤੇ ਵਾਲਾ ਬਸ ਥੋੜ੍ਹੀ ਕੁ ਦੂਰੀ ਆ ਚਿਰਾਗ ਸ਼ਾਹ ਅਤੇ ਉਹ ਚਿਰਾਗ ਸ਼ਾਹ ਪਿੰਡ ਇਹ ਪਿੰਡ ਮਸਤੇ ਵਾਲਾ ਸਾਹਮਣੇ ਕਾਦਰ ਵਾਲਾ ਅਤੇ ਮਗਰ ਝੁੱਗੀਆਂ ਇਹ ਤਿੰਨਾਂ ਪਿੰਡ ਚਾਰਾਂ ਪਿੰਡਾਂ ਦੀ ਬਸ ਥੋੜ੍ਹੀ ਥੋੜ੍ਹੀ ਦੂਰੀ ਆ ਅੱਧਾ ਅੱਧਾ ਕਿਲੋਮੀਟਰ ਬਹੁਤ ਸੋਹਣੇ ਪਿੰਡ ਇਹ ਮਸਤੇ ਵਾਲਾ ਪਿੰਡ ਆ ਮਸਤੇ ਵਾਲੇ ਪਿੰਡ ਦੇ ਘਰ ਨਹਿਰ ਦਾ ਪੁੱਲ ਆਊਗਾ ਜਿਹੜਾ ਆਪਾਂ ਪੁੱਲ ਛੱਡ ਕੇ ਆਏ ਸੀ ਇਹ ਸਕੂਲ ਅਤੇ ਗੁਰਦੁਆਰਾ ਸਾਹਿਬ ਬਿਲਕੁਲ ਨਾਲੋ ਨਾਲ ਹੀ ਹਨ ਇਹ ਹੁਣ ਕੋਟ ਹਿੱਸੇ ਖਾਂ ਨੂੰ ਜਾਊਗੀ ਸੜਕ ਕੋਟ ਹਿੱਸੇ ਖਾਂ 3 ਕੁ ਕਿਲੋਮੀਟਰ ਹੀ ਆ 10 ਕੁ ਸਾਲ ਪਹਿਲਾਂ ਇਹ ਕੱਚਾ ਰਸਤਾ ਹੁੰਦਾ ਸੀਗਾ ਇੱਥੋਂ ਮੈਂ ਆਮ ਸਾਈਕਲ 'ਤੇ ਮੋਟਰਸਾਈਕਲ 'ਤੇ ਜਾਂ ਸਕੂਟਰ 'ਤੇ ਆਉਂਦਾ ਰਹਿੰਦਾ ਸੀਗਾ ਬਾਅਦ 'ਚ ਪੱਕਾ ਬਣਿਆ ਇਸ ਨਾਲ ਲੋਕਾਂ ਨੂੰ ਬਹੁਤ ਸਹੂਲਤ ਹੋ ਗਈ ਬਹੁਤ ਵਧੀਆ ਰਸਤਾ ਬਣ ਗਿਆ ਬਾਕੀ ਸਾਰੀਆਂ ਪੁਰਾਣੀਆਂ ਸੜਕਾਂ ਜੇ ਤਾਂ ਕਾਦਰ ਵਾਲ ਦੀ ਘੁੰਮ ਕੇ ਆਉਣਾ ਪੈਂਦਾ ਸੀ ਅਤੇ ਹੁਣ ਇਹ ਸੜਕਾਂ ਸਿੱਧਾ ਬਣ ਗਿਆ ਇਹ ਰਸਤਾ ਸਿੱਧਾ ਹੀ ਆ ਕੋਟ ਹਿੱਸੇ ਖਾਂ ਧਾਣੀ ਸਰਦਾਰ ਜਗਤ ਸਿੰਘ ਸਿੱਧੂ